ਗੁੱਡ ਮਾਰਨਿੰਗ ਜੀ। ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਸਾਡਾ ਖੇਤ। ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਾਡੇ ਖੇਤ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਠੀਕ ਹੋ ਸਾਰੇ? ਆ ਤੁਹਾਨੂੰ ਥੋੜ੍ਹਾ ਜਿਹਾ ਰਸਤਾ ਦਿਖਾਈਏ ਸਾਡੇ ਖੇਤ ਦਾ। ਬੈਕ ਕੈਮਰਾ ਨਹੀਂ ਕਰਨਾ ਆ ਰਿਹਾ ਮੈਨੂੰ। ਦੇਖੋ ਮੈਂ ਇੰਜੀ ਦਿਖਾ ਦਿੰਦਾ ਜੀ ਤੁਹਾਨੂੰ। ਸਵੇਰ ਦਾ ਮੌਸਮ ਬੜਾ ਵਧੀਆ ਮੌਸਮ ਹੈ ਜੀ। 6:30 ਹੋਏ ਨੇ ਜੀ ਸਵੇਰ ਦੇ। ਬਸ ਸਵੇਰੇ ਉੱਠਣ ਸਾਰ ਹੀ ਕੰਮ ਚੱਲ ਜਾਂਦਾ ਜੀ। ਹੁਣ ਪੱਠੇ ਵੱਢੇ ਨੇ, ਹਰਾ ਲੱਦ ਵੱਢ ਕੇ ਰੇੜੀ 'ਤੇ ਲੱਦ ਕੇ ਹੁਣ ਜੀਰੀ 'ਚ ਗੇੜਾ ਮਾਰਨ ਚੱਲੇ ਹਾਂ ਜੀ। ਮੌਸਮ ਵੀ ਅੱਜ ਥੋੜ੍ਹਾ ਜਿਹਾ ਠੰਡਾ ਜਿਹਾ ਹੀ ਲੱਗਦਾ ਜੀ, ਗਰਮੀ ਨਹੀਂ ਹੈਗੀ। ਅੱਜ ਮੀਂਹ ਪੈ ਸਕਦਾ। ਜਾਲਾ ਬੜਾ ਪਿਆ ਹੁੰਦਾ ਸਵੇਰੇ ਸਵੇਰੇ ਰਸਤੇ 'ਚ, ਮੱਕੜੀਆਂ ਜਾਲਾ ਪਾਉਂਦੀ ਆ ਜੀਰੀ 'ਤੇ। ਹੁਣ ਆ ਸਾਰੀ ਜੀਰੀਆਂ 'ਤੇ ਜਾਲਾ ਪਿਆ ਹੋਇਆ। ਮੈਨੂੰ ਬੈਕ ਕੈਮਰਾ ਨਹੀਂ ਕਰਨਾ ਆ ਰਿਹਾ, ਨਹੀਂ ਮੈਂ ਤੁਹਾਨੂੰ ਵਿਊ ਦਿਖਾਉਂਦਾ। ਆਪਾਂ ਨਾਲ ਕਲਿੱਪ ਜੋੜ ਦਾਂਗੇ ਛੋਟੀ ਜਿਹੀ ਇੱਕ ਉਰੋਂ ਦੇ ਮੌਸਮ ਦੀ। ਹਰੇ ਦਾ ਕੰਮ ਤਾਂ ਮੈਂ ਸਵੇਰੇ ਸਵੇਰੇ ਹੀ ਨਿਬੇੜ ਦਿੰਦਾ ਹੁੰਦਾ ਜੀ। 5:30 ਪਣਾ ਮੈਂ ਘਰੋਂ ਤੁਰ ਪੈਂਦਾ ਖੇਤ ਆ ਕੇ। ਹਰੇ ਦਾ ਕੰਮ ਸਾਰਿਆਂ ਨਾਲੋਂ ਪਹਿਲਾਂ ਅਨਸਾਰ ਹਰੇ ਦਾ ਕੰਮ ਨਿਬੇੜਦਾ ਜੀ ਮੈਂ। ਪੱਠੇ ਵੱਢ ਲਏ, ਉਸ ਤੋਂ ਬਾਅਦ ਬਾਕੀ ਕੰਮ ਬਾਅਦ 'ਚ। ਲਾਈਟ ਵੀ ਚੱਲ ਰਹੀ ਹੈ ਜੀ, ਰਾਤ ਦੀਆਂ ਵਾਰੀਆਂ ਨੇ, ਲਾਈਟ ਚੱਲ ਰਹੀ ਹੈ। 2 ਮਹੀਨੇ ਰਹਿ ਗਏ ਜੀ ਜੀਰੀ ਦੇ ਵੀ। ਇਸ ਤੋਂ ਬਾਅਦ ਦੇਖੋ ਫਿਰ ਪਤਾ ਲੱਗੇਗਾ ਕੀ ਮਿਹਨਤਾਂ ਕਰੀਆਂ ਨੇ ਜੀਰੀ 'ਤੇ, ਕਿ ਵਿਹਲੇ ਬਹਿ ਕੇ ਖਾਇਆ। ਕਿੰਨੀ ਮਿਹਨਤ ਕਰਦੇ ਹਾਂ ਆਪਾਂ ਜੀਰੀ 'ਤੇ, ਦੇਖੋ ਰੱਬ ਕੀ ਫਸਲ ਲਾਉਂਦਾ ਜੀ, ਕਿੰਨਾ ਕੁ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਦਿੰਦਾ। ਤੁਸੀਂ ਸੁਣਾਓ ਜੀ ਆਪਣੇ ਆਪਣੇ ਏਰੀਏ ਦਾ ਹਾਲ। ਦੇਖੋ ਜਾਲੇ ਲੱਗੀ ਜਾ ਰਹੇ ਨੇ ਆ, ਦੇਖੋ ਸਾਡਾ ਖੇਤ। ਗਵਾਂਢੀ ਵੀ ਸਾਡਾ ਆ ਪਹੁੰਚਿਆ ਖੇਤ, ਮਿਲਾਉਂਦੇ ਹਾਂ ਉਹਦੇ ਨਾਲ ਵੀ ਤੁਹਾਨੂੰ। ਸਾਡੇ ਗਵਾਂਢੀ ਨਾਲ ਵੀ ਮਿਲਾ ਦਿੰਦੇ ਹਾਂ। ਆ ਇੱਧਰੋਂ ਹੁਣ ਪੁਲੀ ਮੁੜਾਂਗੇ ਜੀ ਆਪਾਂ, ਚਲੋ ਮੈਂ ਪੁਲੀ ਦਿਖਾਉਂਦਾ।
ਸਾਡੇ ਚਾਰ ਵਾਰੀਆਂ ਤਾਂ ਚੱਲਦੀਆਂ ਨੇ ਜੀ ਦਿਨ ਦੀਆਂ, ਚਾਰ ਵਾਰੀਆਂ ਆਉਂਦੀਆਂ ਲਾਈਟ ਸਾਡੇ ਰਾਤ ਨੂੰ। ਆਪਦੇ ਏਰੀਏ ਦਾ ਹਾਲ ਵੀ ਦੱਸਣਾ ਜੀ ਅਤੇ ਪੱਠਿਆਂ ਦਾ ਵੀ ਜ਼ਰੂਰ ਦੱਸਣਾ ਜੀ। ਮੈਨੂੰ ਪੱਠੇ ਵੱਢਣੇ ਬਹੁਤ ਔਖੇ ਲੱਗਦੇ ਨੇ ਸਵੇਰੇ ਸਵੇਰੇ ਆ ਕੇ, ਵੀ ਤੁਸੀਂ ਕਿਹੜੇ ਟਾਈਮ ਪੱਠੇ ਵੱਢਦੇ ਹੋ। ਚਾਰ ਸਾਨੇ ਪਾਇਆ ਨਹੀਂ ਜੀ, ਚਾਰ ਸਾਨੇ ਤਾਂ ਨਹੀਂ ਪਾਇਆ, ਸਾਡੇ ਕੋਲ ਡੰਗਰ ਘੱਟ ਨੇ ਜੀ, ਸਾਡੇ ਕੋਲ ਤਿੰਨ ਡੰਗਰ ਨੇ ਜੀ ਬਸ, ਤਿੰਨੇ ਗਊਆਂ ਨੇ ਜੀ। ਹਾਂਜੀ ਹੋਰ ਸਰ, ਚਲੋ ਠੀਕ ਹੈ ਜੀ। ਬੈਕ ਕੈਮਰਾ ਨਹੀਂ ਮੈਨੂੰ ਕਰਨ ਆ ਰਿਹਾ, ਮੈਂ ਤੁਹਾਨੂੰ ਵਿਊ ਦਿਖਾਉਂਦਾ, ਮੈਂ ਨਹੀਂ ਦਿਖਾਉਂਦਾ ਤੁਹਾਨੂੰ। ਅੱਜ ਦਾ ਮੌਸਮ ਇਹ ਬੜਾ ਵਧੀਆ ਜੀ, ਉਹ ਮੈਨੂੰ ਆਵਾਜ਼ਾਂ ਮਾਰ ਰਿਹਾ। ਠੀਕ ਹੈ ਜੀ, ਧੰਨਵਾਦ ਜੀ।